ਸਾਡੀ ਸਰਕਾਰ ਦਾ ਬੇੜਾ ਹੀ ਗਰਕ ਬੱਚਾ ਬੱਚੀ ਚੋਕ ਦੇਵਾਂਗੇ ਮੋਦੀ ਸਰਕਾਰ ਹਾਏ ਹਾਏ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਫਿਰੋਜ਼ਪੁਰ ਮੀਤ ਪ੍ਰੈਸ ਸਕੱਤਰ ਜੋ ਸਾਡਾ ਅੱਜ ਇਹ ਨੈਸ਼ਨਲ ਹਾਈਵੇ ਬਠਿੰਡਾ ਅੰਮ੍ਰਿਤਸਰ 'ਤੇ 3 ਘੰਟੇ ਦਾ ਜੋ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਸੱਦਾ ਦਿੱਤਾ ਗਿਆ ਸੀ ਉਹਦੇ ਸੰਬੰਧ 'ਚ ਅਸੀਂ ਰੋਡ ਜਾਮ ਕੀਤਾ ਹੋਇਆ ਹੈ। ਅਸੀਂ ਮੋਦੀ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਕਿ ਜਿੰਨਾ ਚਿਰ ਤੂੰ ਇਹ ਖੇਤੀ ਦੇ ਕਾਲੇ ਕਾਨੂੰਨ ਜੋ ਲੈ ਕੇ ਆਇਆ ਉਹ ਰੱਦ ਨਹੀਂ ਕਰਦਾ, ਚਾਹੇ ਸਾਨੂੰ ਉਹਦੇ ਲਈ ਦਿੱਲੀ ਵਿਖੇ ਚੱਲ ਰਹੇ ਮੋਰਚੇ ਵਿੱਚ ਕਿੰਨੇ ਹੀ ਮੌਸਮ ਅਤੇ ਤਿਉਹਾਰ ਕਿਉਂ ਨਾ ਗੁਜ਼ਾਰਨੇ ਪੈਣ, ਅਸੀਂ ਉਸ ਤੋਂ ਪਿੱਛੇ ਨਹੀਂ ਹਟਾਂਗੇ। ਅਤੇ ਚਾਹੇ ਸਾਨੂੰ ਆਪਣੇ ਇਹਨਾਂ ਕਾਨੂੰਨਾਂ ਨੂੰ ਵਾਪਸ ਕਰਾਉਣ ਲਈ ਆਪਣੇ ਖੂਨ ਦੀ ਬਲੀ ਵੀ ਦੇਣੀ ਪਵੇ ਤਾਂ ਉਸ ਤੋਂ ਪਿੱਛੇ ਨਹੀਂ ਹਟਾਂਗੇ। ਦਿੱਲੀ ਵਿਖੇ ਚੱਲ ਰਹੇ ਮੋਰਚੇ ਵਿੱਚ ਕਿਸਾਨਾਂ ਨੂੰ ਬਦਨਾਮ ਕਰਨ ਲਈ ਮੋਦੀ ਹਰ ਰੋਜ਼ ਨਵੇਂ ਨਾਵਾਂ ਨਾਲ ਉੱਥੇ RSS ਅਤੇ BJP ਦੇ ਗੁੰਡੇ ਭੇਜ ਕੇ ਉੱਥੇ ਗਲਤ ਅਨਸਰ ਭੇਜ ਕੇ ਹਮਲੇ ਕਰਵਾ ਰਿਹਾ, ਜੋ ਕਿ ਬਹੁਤ ਹੀ ਉੱਥੇ ਨਿੰਦਣਯੋਗ ਘਟਨਾ ਹੈ। ਜੋ ਕਿ ਕਿਸਾਨ ਉੱਥੇ ਬੈਠੇ ਹੋਏ ਪਿਛਲੇ 75 ਦੇ ਕਰੀਬ ਦਿਨਾਂ ਤੋਂ ਬੜੇ ਸ਼ਾਂਤਮਈ ਤਰੀਕੇ ਨਾਲ ਉੱਥੇ ਆਪਦਾ ਪ੍ਰੋਟੈਸਟ ਕਰ ਰਹੇ ਆ, ਅਤੇ ਇਹ ਕਾਨੂੰਨਾਂ ਦੇ ਰੱਦ ਹੋਣ ਤੱਕ ਉਹ ਸਾਡਾ ਜਿਹੜਾ ਉੱਥੇ ਅੰਦੋਲਨ ਉਹ ਖਤਮ ਨਹੀਂ ਹੋਏਗਾ। ਇਹ ਅੱਜ ਵੀ ਅਸੀਂ ਮੋਦੀ ਨੂੰ ਕਹਿੰਦੇ ਕਿ ਇਹ ਤੂੰ ਸੋਚ ਲਾ ਗੇਂਦ ਆ ਤੇਰੇ ਪਾਲੇ 'ਚ ਆ ਕਿ ਤੂੰ ਇਸ ਕਾਨੂੰਨਾਂ ਨੂੰ ਕਦੋਂ ਰੱਦ ਕਰਨਾ ਕਿ ਹੋਰ ਅਜੇ ਲੰਮਾ ਇਹਨਾਂ ਨੂੰ ਖਿੱਚਣਾ ਚਾਹੁੰਦਾ ਹੈ। ਪਰ ਜਿੰਨਾ ਚਿਰ ਇਹ ਕਾਨੂੰਨ ਰੱਦ ਨਹੀਂ ਹੁੰਦੇ ਉਨਾ ਚਿਰ ਅਸੀਂ ਇਹ ਆਪਦਾ ਅੰਦੋਲਨ ਨਹੀਂ ਸਮਾਪਤ ਕਰਾਂਗੇ। ਅਤੇ ਜਿਹੜਾ ਅੱਜ ਪੰਜਾਬ ਭਾਰਤ ਦੇਸ਼ ਭਰ 'ਚ 3 ਘੰਟੇ ਦਾ ਚੱਕਾ ਜਾਮ ਕੀਤਾ ਜਾ ਰਿਹਾ ਉਹ ਇੱਕ ਮੋਦੀ ਸਰਕਾਰ ਨੂੰ ਸਾਡਾ ਸੰਦੇਸ਼ ਆ ਕਿ ਦੇਸ਼ ਭਰ ਦੇ ਜਿਹੜੇ ਆ ਕਿਸਾਨ ਮਜ਼ਦੂਰ ਹਰ ਇੱਕ ਵਰਗ, ਚਾਹੇ ਉਹ ਕਿਸੇ ਵੀ ਕਿੱਤੇ ਨਾਲ ਕਿਉਂ ਸੰਬੰਧਿਤ ਨਹੀਂ, ਉਹ ਸਾਰੇ ਇਕੱਠੇ ਹੋ ਚੁੱਕੇ ਆ ਅਤੇ ਤੈਨੂੰ ਇਹ ਕਾਨੂੰਨ ਆ ਜਿਹੜੇ ਇਹ ਵਾਪਸ ਲੈਣੇ ਹੀ ਪੈਣਗੇ ਹਰ ਹਾਲਤ 'ਚ ਲੈਣੇ। ਸੰਯੁਕਤ ਮੋਰਚਾ ਵੱਲੋਂ ਦਿੱਤਾ ਗਿਆ ਸੀ ਆਦੇਸ਼, ਉਹਨੂੰ ਕਿਵੇਂ ਵੇਖ ਰਹੇ ਤੁਸੀਂ? ਦੇਖੋ, ਇਹ ਪਿਛਲੇ 7 ਮਹੀਨੇ ਤੋਂ ਜਦੋਂ ਇਹ ਕੋਰੋਨਾ ਮਹਾਂਮਾਰੀ ਦੇ ਵਿੱਚ ਇਹ ਆਰਡੀਨੈਂਸ ਦੇ ਰੂਪ ਵਿੱਚ ਬਿੱਲ ਲਿਆਂਦੇ ਗਏ, ਬਾਅਦ 'ਚ ਪਾਰਲੀਮੈਂਟ 'ਚ ਰਾਜ ਸਭਾ ਦੇ ਵਿੱਚ, ਉਹਦੇ ਵਿੱਚ ਮੈਂ ਸਮਝਦਾ ਕਿ ਤਕਰੀਬਨ 2.5 ਮਹੀਨੇ ਤੋਂ ਉੱਪਰ ਸਮਾਂ ਬੀਤ ਗਿਆ ਹੈ, ਜਿਹੜਾ ਕਿ ਬਾਰਡਰ ਦੇ ਉੱਤੇ ਦਿੱਲੀ ਦੇ ਵੱਖ ਵੱਖ ਗਾਜ਼ੀਪੁਰ ਸਿੰਘੂ ਬਾਰਡਰ ਟਿੱਕਰੀ ਬਾਰਡਰ 'ਤੇ ਲੱਖਾਂ ਕਿਸਾਨ, ਸਾਡੀਆਂ ਬੀਬੀਆਂ, ਭੈਣਾਂ, ਬੇਟੀਆਂ, ਬਜ਼ੁਰਗ 80-80 90-90 ਸਾਲ ਦੇ 2.5 ਮਹੀਨੇ ਤੋਂ ਉੱਥੇ ਬੈਠੇ ਹੈ। ਇਹ ਗੂੰਗੀ ਅਤੇ ਬਹਿਰੀ ਸਰਕਾਰ ਨੂੰ ਅਜੇ ਤੱਕ ਸੁਣਾਈ ਨਹੀਂ ਦਿੱਤਾ। ਮੈਨੂੰ ਯਾਦ ਹੈ ਕਿ ਪਿਛਲੇ ਸਮੇਂ ਦੇ ਵਿੱਚ ਜਦੋਂ ਕਾਂਗਰਸ ਸਰਕਾਰ ਸੀ, ਡਾਕਟਰ ਮਨਮੋਹਨ ਸਿੰਘ ਜੀ ਪ੍ਰਧਾਨ ਮੰਤਰੀ ਸੀ, ਤਾਂ ਉਸ ਵੇਲੇ ਰਾਜਨਾਥ ਸਿੰਘ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਹਦੇ ਜੋ ਕਹਿੰਦੇ ਆ ਵੀ ਕੀ ਪ੍ਰਧਾਨ ਮੰਤਰੀ ਨੂੰ ਇੱਥੇ ਦਿਸਦਾ ਨਹੀਂ ਗਾ, ਨੇੜੇ ਸੰਸਦ ਦੇ ਲੋਕ ਇਕੱਠੇ ਹੋਏ ਆ, ਦੁਨੀਆ ਭਰ ਹਿੰਦੁਸਤਾਨ ਪੂਰੇ ਦੇ ਕਿਸਾਨ, ਅਤੇ ਕੀ ਉਹਨਾਂ ਦੀ ਆਵਾਜ਼ ਪ੍ਰਧਾਨ ਮੰਤਰੀ ਤੱਕ ਨਹੀਂ ਪਹੁੰਚਦੀ? ਇਹ ਲੋਕਾਂ ਨੇ ਉਹਨਾਂ ਨੂੰ ਯਾਦ ਕਰਵਾਇਆ ਕਿ ਤੁਸੀਂ ਉਹੀ ਲੋਕ ਹੋ ਜਿਨ੍ਹਾਂ ਨੂੰ ਕਿ ਇਹ ਗੱਲ ਤੁਸੀਂ ਉਸ ਸਮੇਂ 'ਤੇ ਓਪੋਜੀਸ਼ਨ ਹੁੰਦਿਆਂ ਗੱਲ ਕਰਦੇ ਸੀ ਕਿ ਅੱਜ ਤੁਹਾਨੂੰ 2.5 ਮਹੀਨੇ ਤੋਂ ਕਿਸਾਨ ਜਿਹੜੇ ਬਾਰਡਰਾਂ 'ਤੇ ਬੈਠੇ ਦਿਸਦੇ ਨਹੀਂ। ਇਹਨਾਂ ਨੇ 26 ਤਰੀਕ ਦੇ ਵਿੱਚ ਜਿਹੜਾ ਖੱਲਲ ਪੈਦਾ ਕੀਤਾ, ਇਹ ਸਾਰੀ ਸੋਚੀ ਸਮਝੀ ਸਾਜਿਸ਼ ਹੈ ਇੱਕ ਮੋਦੀ ਸਰਕਾਰ ਦੀ, ਤਾਂ ਕਿ ਇਸ ਅੰਦੋਲਨ ਨੂੰ ਫੇਲ ਕੀਤਾ ਜਾਵੇ। ਪਰ ਮੈਂ ਵਧਾਈ ਦਿੰਦਾ ਹਿੰਦੁਸਤਾਨ ਦੇ ਪੂਰੇ ਕਿਸਾਨ ਜਥੇਬੰਦੀਆਂ ਨੂੰ, ਜਿਨ੍ਹਾਂ ਨੇ 26 ਤਰੀਕ ਤੋਂ ਬਾਅਦ 2 ਕੁ ਦਿਨ ਜਿਹੜਾ ਇਹ ਚਕੋਲੇ ਖਾਂਦਾ ਅੰਦੋਲਨ ਦੁਬਾਰਾ ਫਿਰ ਆਪਣੇ ਸਿਖਰਾਂ 'ਤੇ ਭਰਜਵਾਨੀ 'ਚ ਪਹੁੰਚ ਗਿਆ, ਤਾਂ ਉਸ ਦੇ ਅੱਜ ਜਿਹੜਾ ਕਿਸਾਨ ਅੰਦੋਲਨ ਨੂੰ ਅਗਲੀ ਜਿਹੜੀ ਸੇਧ ਲੈਣ ਦੇਣ ਵਾਸਤੇ ਸੰਯੁਕਤ ਕਿਸਾਨ ਮੋਰਚਾ ਨੇ ਜਿਹੜਾ ਹਿੰਦੁਸਤਾਨ ਦੇ ਪੂਰੇ ਜਿਹੜੀਆਂ ਸੜਕਾਂ ਜਾਮ ਕਰਨ ਦਾ 3 ਘੰਟੇ ਦਾ ਪ੍ਰੋਗਰਾਮ ਬਣਾਇਆ। ਅਸੀਂ ਇਹਦੇ 'ਚ ਫੈਡਰੇਸ਼ਨ ਆਫ ਭਾਰਤੀ ਐਸੋਸੀਏਸ਼ਨ ਪੰਜਾਬ ਵੱਲੋਂ ਪਿਛਲੇ 7 ਮਹੀਨੇ ਤੋਂ ਅਸੀਂ ਕਿਸਾਨਾਂ ਦੇ ਨਾਲ ਖੜ੍ਹੇ ਹਾਂ, ਕਿਉਂਕਿ ਕਿਸਾਨਾਂ ਦੇ ਆਉਣ ਵਾਲਾ ਭਵਿੱਖ ਦਾ ਸਵਾਲ ਹੈ, ਇਹ ਫਸਲਾਂ ਦਾ ਸਵਾਲ ਨਹੀਂ, ਇਹ ਨਸਲਾਂ ਦਾ ਵੀ ਸਵਾਲ ਹੈ। ਨਸਲਾਂ ਤੋਂ ਭਾਵ ਕਿ ਆਉਣ ਵਾਲੀਆਂ ਪੀੜ੍ਹੀਆਂ ਦੇ ਵਾਸਤੇ ਇਹ ਬਹੁਤ ਵੱਡੀ ਇੱਕ ਮੈਂ ਸਮਝਦਾ ਕਿ ਮਾਰ ਪੈਣ ਵਾਲੀ ਹੈ, ਪੂਰੀ ਕਿਸਾਨੀ ਨੂੰ ਨਹੀਂ, ਪੂਰੇ ਵਪਾਰ ਨੂੰ, ਛੋਟੇ ਵਪਾਰੀਆਂ ਨੂੰ, ਜਿੰਨੇ ਵੀ ਛੋਟੇ ਛੋਟੇ ਵਪਾਰੀ ਹਿੰਦੁਸਤਾਨ ਦੇ ਵਿੱਚ ਹੈ। ਮੈਂ ਸਮਝਦਾ ਕਿ ਆਉਂਦੇ 2-3-4 ਸਾਲਾਂ ਬਾਅਦ ਇਹ ਕਾਨੂੰਨ ਲਾਗੂ ਹੋਣ ਤੋਂ ਬਾਅਦ ਖਤਮ ਹੋ ਜਾਣਗੇ। ਅਸੀਂ ਇਸ ਕਰਕੇ ਇਹਦਾ ਪੁਰਜ਼ੋਰ ਸਮਰਥਨ ਕਰਦੇ ਹਾਂ ਅੱਜ ਦੇ ਇਹ ਜਿਹੜਾ ਬੰਦ ਹੈ। ਇਸ ਤੋਂ ਅੱਗੇ ਵੀ ਜੋ ਸੰਯੁਕਤ ਕਿਸਾਨ ਮੋਰਚਾ ਜਾਂ ਸਾਡੇ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਜੋ ਵੀ ਐਜੀਟੇਸ਼ਨ ਕਰਨਗੀਆਂ, ਪੰਜਾਬ ਦਾ ਆੜ੍ਹਤੀ ਆ ਆਪਣੇ ਪਰਿਵਾਰਾਂ ਸਮੇਤ ਇਹਨਾਂ ਦੇ ਨਾਲ, ਪਹਿਲਾਂ ਵੀ ਖੜ੍ਹਾ, ਅੱਗੇ ਵੀ ਖੜ੍ਹਾ ਰਹੇ। ਆਵਾਜ਼ ਏ ਕੰਮ ਟੀਵੀ ਲਈ ਪੱਤਰਕਾਰ ਗੁਰਪ੍ਰੀਤ ਸਿੰਘ ਭੁੱਲਰ ਦੀ ਰਿਪੋਰਟ।